बठिंडा जिले की मोड़ मंडी में दिन दहाड़े एक कारोबारी की दुकान पर करीब 5 लाख रुपयों की चोरी की वारदात का मामला सामने आया है। इस घटना की सीसीटीवी फुटेज भी सामने आई है। जानकारी मुताबिक दो चोरों ने एक कारोबारी की दुकान पर चोरी की वारदात को अंजाम देते हुए 5 लाख रुपए चोरी कर लिए। बताया जा रहा है कि एक सफेद रंग की कार में आए दो चोर मुंह पर रुमाल बांधकर दुकान में घुसे और दुकान में रखी हुई पेटी में से 5 लाख रुपए लेकर रफूचक्कर हो गए। वहीं पुलिस के मुताबिक दो अज्ञात व्यक्ति कार में सवार होकर आए थे और वारदात को अंजाम देकर मौके से फरार होने में कामयाब हो गए। पुलिस अधिकारियों के मुताबिक इस वारदात को अंजाम देने वाले चोरों को जल्द ही काबू कर लिया जाएगा। ਜਦੋਂ ਮੈਨੂੰ ਪਤਾ ਚੱਲਿਆ ਵੀ ਵਾਰਦਾਤ ਆ ਗਈ ਮੈਂ ਨਾਲ ਦੇ ਨਾਲ ਭੱਜਿਆ ਦੇਖਿਆ ਵੀ ਲਾਲਾ ਜੀ ਮੰਜੇ ਤੇ ਪਏ ਸੀ ਤੇ ਪੱਟ ਵਿੱਚ ਬਹੁਤ ਜ਼ਿਆਦਾ ਦਰਦ ਸੀਗਾ ਤੇ ਉਹ ਹਾਈ ਹਾਈ ਕਰ ਰਹੇ ਸੀਗੇ ਤੇ ਪਤਾ ਲੱਗਿਆ ਵੀ ਉਹਨਾਂ ਨੇ ਚੋਰਾਂ ਨੇ ਧੱਕਾ ਮਾਰਿਆ ਲਾਲਾ ਜੀ ਨੂੰ ਉਹ ਨੀਚੇ ਗਿਰ ਗਏ ਉਹ ਸ਼ੂਗਰ ਦੇ ਮਰੀਜ਼ ਨੇ ਪੁਰਾਣੇ 40 ਸਾਲਾਂ ਤੋਂ ਤੇ ਉਹਦੇ ਕਰਕੇ ਹੁਣ ਜਦੋਂ ਹਸਪਤਾਲ ਵਿੱਚ ਲੈ ਕੇ ਗਏ ਉਹਨਾਂ ਨੂੰ ਚੂਲੇ 'ਚ ਸਿੱਖਿਆ ਤੇ ਦੱਸ ਰਹੇ ਨੇ ਵੀ ਚੂਲਾ ਟੁੱਟ ਗਿਆ ਪਿਆਰਾ ਲਾਲ ਜੀ ਬੈਠੇ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਧੱਕਾ ਮਾਰਿਆ ਇਹਨਾਂ ਨੂੰ ਤਾਂ ਬਹੁਤ ਬੁਰਾ ਹਾਲ ਸੀ ਉਹਨਾਂ ਦਾ ਵੀ ਅਸੀਂ ਤਾਂ ਐਂ ਵੀ ਲਾਲਾ ਜੀ ਹੀ ਬਚ ਰਹੇ ਹਨ ਸਾਡੇ ਵੀ ਇਹੀ ਅਸੀਂ ਤਾਂ ਇਹੀ ਦੁਆ ਕਰਦੇ ਹਾਂ ਇਹ ਸਵੇਰੇ ਕੁਛ 7:15 ਦੀ ਗੱਲ ਆ ਜਿਹੜੇ ਪਿਆਰੇ ਲਾਲ ਜੀ ਆਪਦੀ ਆੜ੍ਹਤੀ ਦੁਕਾਨ 'ਤੇ ਬੈਠੇ ਸੀਗੇ ਦੋ ਜਿਹੜੇ ਅਣਪਛਾਤੇ ਬੰਦੇ I-20 ਕਾਰ 'ਤੇ ਆਏ ਅਤੇ ਉਹਨਾਂ ਦੀ ਦੁਕਾਨ ਦੇ ਵਿੱਚ ਇੰਟਰ ਕੀਤਾ ਅਤੇ ਦੁਕਾਨ ਦੇ ਵਿੱਚ ਇੰਟਰ ਕਰਕੇ ਉਹਨਾਂ ਤਿਜੋਰੀ ਦੇ ਵਿੱਚ 5 ਲੱਖ ਰੁਪਈਆ ਕਰੀਬ ਉਹ ਜਿਹੜਾ ਇੱਕ ਲਿਫਾਫੇ ਦੇ ਵਿੱਚ ਪਾ ਕੇ ਉੱਥੋਂ ਫਰਾਰ ਹੋ ਗਏ ਅਸੀਂ ਮੌਕੇ 'ਤੇ ਗਏ ਮੌਕਾ ਦੇਖਿਆ ਅਸੀਂ ਹਰ ਪਾਸਿਓਂ ਟੈਕਨੀਕਲੀ ਵਾਲੇ ਪਾਸੋਂ ਵੀ ਸੋਰਸ ਸਾਡੇ ਆਪਦੇ ਜਿਹੜੇ ਸੋਰਸ ਨੇ ਉਹਦੇ ਪਾਸੋਂ ਵੀ ਅਸੀਂ ਪੂਰੀ ਬਰੀਕੀ ਨਾਲ ਇਹਦੀ ਜਾਂਚ ਕਰ ਰਹੇ ਹਾਂ ਇਹਨੂੰ ਜਲਦੀ ਜਿਹੜਾ ਟ੍ਰੇਸ ਕਰਕੇ ਦੋਸ਼ੀਆਂ ਨੂੰ ਜਿਹੜੇ ਜਲਦੀ ਸਜ਼ਾ ਦਵਾਈ ਜਾਊਗੀ ਇਸ ਸੰਬੰਧੀ ਅਸੀਂ FIR ਦਰਜ ਕਰਕੇ 379/20-34 IPC ਦਰਜ ਕਰਕੇ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ ਅਤੇ ਦੋਸ਼ੀਆਂ ਦੀ ਜਲਦੀ ਅਰੈਸਟ ਕਰਕੇ ਅਤੇ ਜਿਹੜਾ ਮਦਈ ਮੁਕੱਦਮੇ ਨੂੰ ਇਨਸਾਫ ਦਵਾਇਆ ਜਾਊਗਾ।